ਇਹ ਕਹਿਣਾ ਚਾਹੁੰਦੀ ਹਾਂ ਵੀ ਮੇਰੀ ਮੰਮੀ ਦੇ ਨਾਲ ਅੱਜ ਬਹੁਤ ਮਾੜੀ ਘਟਨਾ ਹੋਈ। ਉਹਨਾਂ ਨੂੰ ਫਾਟਕਾ ਉੱਤੇ ਇੱਕ ਲੇਡੀਜ਼ ਅਤੇ ਇੱਕ ਜੈਂਟਸ ਮੰਮੀ ਨਾਲ ਗੱਲਾਂ ਕਰਦੇ ਆਏ ਅਤੇ ਨੈਣਾ ਦੇਵੀ ਮੰਦਿਰ ਦੇ ਕੋਲ ਉਹਨਾਂ ਨੂੰ ਗੱਡੀ 'ਚ ਬਿਠਾਇਆ ਅਤੇ ਉਹਨਾਂ ਦੇ ਤਕਰੀਬਨ 4 ਤੋਲੇ ਸੋਨਾ ਸੀਗਾ ਜਿਹੜਾ ਕਿ ਉਹਨਾਂ ਦਾ ਲੁੱਟ ਕੇ ਲੈ ਗਏ। ਗਲ 'ਚ ਚੈਨ, ਉਹਦੇ ਵਿੱਚ ਲੋਕਟ, ਟੋਪਸ, 3 ਛਾਪਾਂ ਸੀਗੀਆਂ। ਮੈਂ ਕਹਿਣਾ ਚਾਹੁੰਦੀ ਹਾਂ ਵੀ ਮੇਰੀ ਮੰਮੀ ਦੇ ਨਾਲ ਅੱਜ ਬਹੁਤ ਮਾੜੀ ਘਟਨਾ ਹੋਈ। ਉਹਨਾਂ ਨੂੰ ਫਾਟਕਾ ਉੱਤੇ ਇੱਕ ਲੇਡੀਜ਼ ਅਤੇ ਇੱਕ ਜੈਂਟਸ ਮੰਮੀ ਨਾਲ ਗੱਲਾਂ ਕਰਦੇ ਆਏ ਅਤੇ ਨੈਣਾ ਦੇਵੀ ਮੰਦਿਰ ਦੇ ਕੋਲ ਉਹਨਾਂ ਨੂੰ ਗੱਡੀ 'ਚ ਬਿਠਾਇਆ ਅਤੇ ਉਹਨਾਂ ਦੇ ਤਕਰੀਬਨ 4 ਤੋਲੇ ਸੋਨਾ ਸੀਗਾ ਜਿਹੜਾ ਕਿ ਉਹਨਾਂ ਦਾ ਲੁੱਟ ਕੇ ਲੈ ਗਏ। ਗਲ 'ਚ ਚੈਨ, ਉਹਦੇ ਵਿੱਚ ਲੋਕਟ, ਟੋਪਸ, 3 ਛਾਪਾਂ ਸੀਗੀਆਂ। ਅਤੇ ਬਸ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਨਾਲ ਵੀ ਸਾਡਾ ਸੋਨਾ ਜਿਹੜਾ ਮੇਰੀ ਮੰਮੀ ਨੇ ਮਿਹਨਤ ਕਰਕੇ ਬੱਚਿਆਂ ਲਈ ਬਣਾਇਆ ਸੀ ਉਹ ਵਾਪਸ ਦਵਾਇਆ ਜਾਵੇ। ਬਸ ਕੋਈ ਅਸਲਾ ਵਗੈਰਾ ਵੀ ਸੀ ਉਹਨਾਂ ਨੇ? ਹਾਂਜੀ, ਉਹਨਾਂ ਨੇ ਡਰਾਵਾ ਦਿੱਤਾ, ਮੰਮੀ ਦੇ ਪਤਾ ਨਹੀਂ ਪਿੱਛੇ ਕੀ ਲਗਾਇਆ, ਰਿਵੋਲਵਰ ਵਗੈਰਾ ਕੁਛ ਲਗਾਈ, ਜਿਹਦੇ ਨਾਲ ਮੰਮੀ ਨੂੰ ਉਹਨਾਂ ਨੇ ਧਮਕੀ ਦਿੱਤੀ ਵੀ ਜੇ ਤੂੰ ਥਾਣੇ 'ਚ ਰਿਪੋਰਟ ਲਿਖਾਈ ਜਾਂ ਕਿਸੇ ਨੂੰ ਦੱਸਿਆ ਤਾਂ ਤੇਰੇ ਪਰਿਵਾਰ ਨੂੰ ਅਸੀਂ ਸਾਰੇ ਮਾਰ ਦਾਂਗੇ। ਇਹ ਕਿੱਥੋਂ ਮਿਲੇ ਤੁਹਾਡੀ ਮਾਤਾ ਜੀ ਵਾਪਸ? ਇਹ ਢਿਲਮਾ ਰੋਡ ਤੋਂ ਅੱਗੇ ਗਏ ਆ, ਇਹਨਾਂ ਨੂੰ ਜਦ ਹੋਸ਼ ਆਇਆ ਮਤਲਬ ਕਿ ਵਾਪਸ ਆ ਰਹੇ ਸੀ, ਪੈਦਲ ਹੀ ਆਏ ਉੱਥੋਂ ਢਿਲਮਾ ਤੋਂ ਜੀ। ਸੋਨੇ ਦੀ ਛਾਪਾਂ ਸੀਗੀਆਂ 3 ਅਤੇ ਇੱਕ ਮੇਰਾ ਚੰਦ ਸੋਨੇ ਦਾ ਸੈੱਟ ਸੀਗਾ ਅਤੇ ਬਾਕੀ ਮੇਰੇ ਕੋਲ ਨਕਦੀ ਸੀ ਉਹ ਲੈ ਗਏ ਮੇਰੀ। ਅਤੇ ਬਾਕੀ ਕਹਿਣ ਲੱਗੇ ਤੂੰ ਹੁਣ ਰੌਲਾ ਮਚਾਇਆ, ਮੈਨੂੰ ਇੱਕ ਵਾਰ ਜੇ ਚਪਾ ਕੇ ਰੁਮਾਲ 'ਚ ਬੰਨ੍ਹ ਕੇ ਦੇਤਾ, ਕਹਿੰਦੇ ਆਹ ਤੇਰਾ ਸੋਨਾ ਰਿਹਾ, ਰੋਲ ਨਾ ਮਚਾਈ, ਜੇ ਤੂੰ ਰੌਲਾ ਮਚਾਏਂਗੀ ਤਾਂ ਤੈਨੂੰ ਅਸੀਂ ਮਾਰ ਦਾਂਗੇ, ਜਾਨੂੰ ਨਾਲ ਅਤੇ ਟੱਬਰ ਨੂੰ ਮਾਰ ਦਾਂਗੇ। ਕਾਹਦੇ 'ਚ ਲੈ ਗਏ ਤੁਹਾਨੂੰ? ਗੱਡੀ 'ਚ ਲੈ ਗਏ। ਕੋਈ ਰਿਵਾਲਵਰ ਵਰਗੀ ਚੀਜ਼ ਵੀ ਲਈ ਤੁਹਾਡੇ 'ਤੇ? ਹਾਂ, ਮੈਨੂੰ ਡਰਾਇਆ ਉਹਨਾਂ ਨੇ ਪੂਰਾ। ਕੀ ਕਿਹਾ ਉਹਨਾਂ ਨੇ? ਕਹਿੰਦੇ ਜੇ ਤੂੰ ਬੋਲੇਗੀ ਜਾਂ ਰੌਲਾ ਪਾਏਂਗੀ ਕਿਸੇ ਨੂੰ ਦੱਸੇਂਗੀ ਤਾਂ ਤੇਰੇ ਟੱਬਰ ਨੂੰ ਸਾਰੇ ਨੂੰ ਮਾਰ ਦਾਂਗੇ। ਕਿੰਨੇ ਕੁ ਦਾ ਨੁਕਸਾਨ ਆ ਤੁਹਾਡਾ? ਮੇਰਾ ਹੋ ਗਿਆ 2 ਲੱਖ ਦੇ ਕਰੀਬ ਹੋਇਆ ਜੀ। ਕੀ ਮੰਗ ਕਰਨਾ ਚਾਹੁੰਦੇ? ਮੇਰਾ ਮਿਲਣਾ ਚਾਹੀਦਾ ਗਰੀਬ ਨੇ ਦਾ ਜੀ, ਮੇਰੇ 3-3 ਪੋਤੀਆਂ, ਮੈਂ ਤਾਂ ਬੜੀ ਮੁਸ਼ਕਲਾਂ ਨਾਲ ਬਣਾਏ ਸੀ, ਮੇਰੇ ਬੱਚਿਆਂ ਦੇ ਕੰਮ ਆਊਗਾ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ 'ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ 'ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।